ਹਾਂ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਦੀ ਸ਼ੁਰੂਆਤ ਕਰਨ ਲੱਗੇ ਦਿਨ ਤੋਂ ਮੈਂ ਚੱਲਿਆ ਡਿਊਟੀ ਤਿਆਰ ਹੋ ਕੇ ਅਤੇ ਸਿਰ ਭੈਣ ਦਾ ਫੋਨ ਆਉਂਦਾ ਆਸਟ੍ਰੇਲੀਆ ਤੋਂ ਮਣੀ ਭੈਣ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅਤੇ ਚਲੋ ਮੈਂ ਰੋਟੀ ਲਿਆਓ ਅਤੇ ਆਪਾਂ ਤਿਆਰੀ ਕਰੀਏ ਅਤੇ ਤੁਸੀਂ ਮਗਰ ਦਿਨ ਇੰਜੋਏ ਕਰੋ ਤੁਹਾਡੇ ਦੇ ਨਜ਼ਾਰੇ ਵਿਹਲੇ ਰਹਿਣਾ ਘੁੰਮਣਾ ਫਿਰਨਾ ਮੈਂ ਜਾਣਾ ਤੁਹਾਡੇ ਅੱਗੇ ਸਾਰੇ ਵਿਹਲੇ ਹੁਣ ਆਪਣਾ ਕੰਮ ਹੋਵੇ ਆਪਣੀ ਮਰਜ਼ੀ ਨਾਲ ਖਾਧੀ ਮਰਜ਼ੀ ਨਾਲ ਪੀਤੀ ਮਰਜ਼ੀ ਨਾਲ ਸੁੱਤੇ ਜਿਹੜਾ ਨੌਕਰ ਬੰਦਾ ਹੁੰਦਾ ਗੁਲਾਮ ਹੁੰਦਾ ਹਮੇਸ਼ਾ ਚੱਲ ਮਿੰਟ ਲਾ ਮਿੰਟ ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਜੇ ਚੜ੍ਹਦੀ ਕਲਾ 'ਚ ਹੋ ਗਏ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਸਾਰਾ ਇੰਜੋਏ ਕਰ ਰਹੇ ਹੋਗੇ ਬਲੌਗਾਂ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਅੱਗੇ ਆਉਣ ਵਾਲੇ ਬਲੌਗ ਤੁਹਾਨੂੰ ਹੋਰ ਵਧੀਆ ਮਿਲਣਗੇ ਕਿਉਂਕਿ ਅੱਗੇ ਆ ਰਹੀ ਹੈ ਰੱਖੜੀ ਅਤੇ ਆਪਾਂ ਰੱਖੜੀ ਦੀਆਂ ਸ਼ੋਪਿੰਗ ਕਰਨੀਆਂ ਸ਼ੁਰੂ ਕਰਤੀਆਂ ਮੇਰੀਆਂ ਭੈਣਾਂ ਦੇ ਕੱਪੜੇ ਲੈਣੇ ਸ਼ੁਰੂ ਕਰਤੇ ਆ ਅਤੇ ਮਨਜੀਤ ਨੇ ਆਪਣੇ ਲੈਣੇ ਸ਼ੁਰੂ ਕਰਤੇ ਆ ਅਤੇ ਜਿਹੜੇ ਆਪ ਇਹਨੇ ਗ੍ਰਾਹਕ ਲਿਆਉਣੇ ਉਹਦੀ ਤਿਆਰੀ ਕਰਨੀ ਸ਼ੁਰੂ ਕਰਤੀ ਚੱਲ ਨਹੀਂ ਜਿਹੜੇ ਗੁਰਨਿਵਾਜ ਅਤੇ ਵੱਡੇ ਪਾਪਾ ਦੋਵੇਂ ਜਿਹੜੇ ਸਲਾਮ ਪਤਾ ਨਹੀਂ ਕੀ ਕਹਿੰਦੇ ਵੀਰ ਜਿੱਥੇ ਜਿੰਮ ਜਾਂਦਾ ਜਿੰਮ ਦਾ ਚੁੱਕਿਆ ਗਿਆ ਮੇਰਾ ਬਾਏ ਕਰਦੇ ਪਾਪਾ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਬਾਏ ਨਹੀਂ ਕਰਨਾ ਕਹਿ ਮੈਂ ਨਾਲ ਹੀ ਜਾਣਾ ਹੈਂਡਲ ਨੂੰ ਹੱਥ ਬੜਾ ਘੁੱਟ ਕੇ ਪਾਉਂਦਾ ਹੁੰਦਾ ਜੀ ਇਹ ਫਿਰ ਜਾਵਾਂਗੇ ਆਪਾਂ ਜਾਵਾਂਗੇ ਨਾਲ ਦੀਦੀ ਆਜੂਗੀ ਪੈਰ ਨਾ ਥੱਲੇ ਦੇ ਦੇ ਕੂਰਾ ਆ ਗਿਆ ਕੱਲ ਵੀ ਮਨਾ ਕੀਤਾ ਜਿੰਦਰ ਨੂੰ ਕਿ ਇਹਨੂੰ ਨਹੀਂ ਲੱਗ ਜਾਣਾ ਇੱਦਾਂ ਤੇ ਉਹ ਨਿਆਣਾ ਅਸਲ ਮੈਂ ਤੁਹਾਨੂੰ ਕੱਲ ਵੀ ਮਨਾ ਕੀਤਾ ਕਿ ਇਹਨੂੰ ਨਹੀਂ ਲੱਗ ਜਾਣਾ ਕਿਉਂਕਿ ਨਿਆਣਾ ਮੁੜ ਕਿੰਨਾ ਚਿੱਤਾ ਕੱਲ ਤੁਸੀਂ ਚੱਲ ਗਏ ਪਿੱਛੇ ਨੀ ਮੁੜ ਕੇ ਵੇਖਿਆ ਉਹ ਵਿਚਾਰਾ ਕਰੇ ਆ ਜਾ ਪਾਪਾ ਆ ਜਾ ਚੱਲ ਪੁੱਤ ਆ ਚੱਲੀਏ ਪਕਾ ਜਿੱਥੇ ਜਾਣਾ ਚੋਣ ਆ ਪਕਾ ਕਿੱਥੇ ਜਾਣਾ ਦਰਾਉਣਾ ਹੀ ਹੋਣਾ ਉਹਨੇ ਗੁਰਨਿਵਾਜ ਦੀ ਸਵੇਰ ਤੋਂ ਮਾੜੀ ਹੁਣ ਪਹਿਲਾਂ ਪਾਪਾ ਛੱਡ ਕੇ ਗਏ ਹੁਣ ਇਹ ਦਾਦੀ ਆਪਣੀਆਂ ਤਿਆਰ ਹੈ ਬਾਬੀ ਸੀ ਦੱਸਿਆ ਚੱਲੇ ਹੁਣ ਆਖਣ ਦਿਆ ਵੀ ਮੈਂ ਨਹੀਂ ਤੁਹਾਡੇ ਕੋਲ ਨਹੀਂ ਆਉਣਾ ਚਲ ਆ ਜਾ ਆ ਆ ਮੈਂ ਪੁੱਤ ਚਿੱਤਾ ਓ ਇਹ ਆ ਇਹ ਆ ਚਲ ਜਾ ਚਲ ਕੋ ਜਾ ਲੈ ਬਾਬੇ ਘਰ ਇੱਧਰ ਆ ਮੈਂ ਜਾ ਚਲ ਜਾ ਮੈਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਹੈ ਕਿ ਕੱਪੜੇ ਪਾ ਲੈ ਤੇ ਚੱਲੀਏ ਚਲ ਆ ਜੋ ਆ ਚੱਲੀਏ ਆਪਾਂ ਚੱਲੀਏ ਚੀਜੀ ਲੈ ਕੇ ਦੋ ਰਾਹ ਚੋਂ ਚਲ ਜਾ ਮੈਂ ਬੈਠੀ ਬੈਠੀ ਨੇ ਸੱਟ ਲਵਾ ਲਈ ਕਿਉਂਕਿ ਮੈਂ ਲੱਭਾ ਨੀ ਪੈਂਦੀ ਕੀ ਡੈਡੀ ਆਖਣ ਦੇ ਕਿੰਨਾ ਮੇਰੇ ਪੈਰ ਦੇ ਉੱਤੇ ਲੱਗ ਗਈ ਤੇ ਕਾਫੀ ਜ਼ਿਆਦਾ ਅਜੇ ਵੀ ਦਰਦ ਹੁੰਦੇ ਕਿਉਂਕਿ ਵੱਜੀ ਹੱਡੀ ਗੁਰਨਿਵਾਜ ਅਸੀਂ ਬਣਾਏ ਚੌਲ ਗੁਰਨਿਵਾਜ ਦੇ 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 ਲੋਈ ਲੋਈ ਕਹਿੰਦੇ ਮੈਂ ਪੁੱਤ ਕੀ ਗੱਲ ਹਾਂਜੀ ਹੁਣ ਆਪਾਂ ਮੰਮੀ ਹੁਣੀ ਆ ਗਏ ਗੁਰਨਿਵਾਜ ਨੂੰ ਫੜਾਇਆ ਕਿਉਂਕਿ ਜਿੰਨਾ ਚਿਰ ਗੁਰਨਿਵਾਜ ਉਹਦੇ 'ਚ ਕੋਈ ਕੰਮ ਜਾਣ ਨਿਬੜਿਆ ਉਹਨੂੰ ਸਵਾਇਆ ਪਹਿਲਾਂ ਫਿਰ ਉਸ ਤੋਂ ਬਾਅਦ ਅਸੀਂ ਵੀਡੀਓ ਅਪਲੋਡ ਕੀਤੀ ਅਤੇ ਹੁਣ ਆਪਾਂ ਸਾਰੀਆਂ ਜਿੱਦਾਂ ਦੀਆਂ ਪੱਗਾਂ ਜੋੜ ਕੇ ਰੱਖਣੀਆਂ ਕਿਉਂਕਿ ਕਾਫੀ ਜ਼ਿਆਦਾ ਧਿਆਨ ਸੀ ਕਿ ਅੱਜ ਮੈਂ ਘਰੇ ਹੀ ਦੇ ਕੇ ਸੋਚ ਸੋਚ ਕੇ ਜੋੜ ਜੋੜ ਕੇ ਰੱਖ ਲੈਂਦੇ ਹਾਂ ਅਤੇ ਇੱਕ ਪਾ ਕੱਢੀ ਹੁੰਦੀ ਸਾਰੇ ਥੱਲੇ ਖਿਲਾਰ ਗਈਆਂ ਹੁੰਦੀਆਂ ਬੜੀ ਵਾਰੀ ਕੋਸ਼ਿਸ਼ ਕੀਤੀ ਕਿ ਵਧੀਆ ਸਵਾਰ ਕੇ ਰੱਖੀ ਭਰ ਲਈ ਇਹਨਾਂ ਨੇ ਫਿਰ ਖਿਲਾਰਾ ਪਾਇਆ ਹੁੰਦਾ ਅਤੇ ਹੁਣ ਫਿਰ ਜਾਣ ਕੇ ਸਮਾਨ ਦੇ ਕੇ ਮੇਰੀ ਪਾ ਜਿਹੜੀ ਲੰਬਾਰੀ ਹੈ ਬਿਲਕੁਲ ਸਮਝਣ ਸੈੱਟ ਹੋਣੀ ਚਾਹੀਦੀ ਇਹਨਾਂ ਤੂੰ ਮੂੰਹ ਨਾ ਆਇਆ ਕਰ ਮੇਰੇ ਮੂੰਹ ਨਾ ਆਇਆ ਹੁਣ ਤੇਰੇ ਮੂੰਹ ਨਾਲ
ਬਹਿ ਗਈ ਆ, ਪਤਾ ਲਿਆ ਮੇਰਾ ਵੀ ਮੇਰੀ ਸੱਟ ਕਿੰਨੀ ਲੱਗੀ, ਮੇਰਾ ਪੈਰ ਵੇ ਕਿੱਡੀ ਉਹਦੀ ਜ਼ਖਮ ਇੰਨਾ ਹੋਇਆ ਕਿਤੇ ਐਕਟਿਵਾ ਤੇ ਤੇਰੀ ਡਿੱਗੀ ਮੈਂ ਗੈਸ ਕਰ ਮੇਰੇ ਤੇ ਲੰਬਾਰੀ ਤੇ ਵੱਜੀ ਡੀ ਜੋ ਦੀ ਮੇਰਾ ਪਤਾ ਲੈਣਾ ਹੀ ਸੱਤ ਟੈਂਕੇ ਲੱਗੇ ਸੁਨਿਆਰੇ ਕੋ ਪੱਕੀਆਂ ਪਵਾ ਕੇ ਲਈ ਮੈਂ ਤੋਂ ਪੈਣੀ ਨੀ ਇੱਕ ਪਾਇਟ ਦੀ, ਮੈਂ ਤੈਨੂੰ ਕਹਿੰਦਾ ਘੁੰਡੀ ਮਿਲ ਜਾ ਸੀ ਘੁੰਡੀ ਮਿਲ ਜਾ ਜਖਮ ਉੱਤੇ ਤੁਰਿਆ ਮਾਂ ਪਲਾਸ ਨਾ ਖਸਾ ਕੇ ਲੈ ਗਈ ਭਾਈ ਕੋ ਗੁਰਬਣ ਨੇ ਆਪਣੀ ਮਾਂ ਦੀ ਤੰਦੀ ਵੱਡੀ ਬਹੁਤ ਵੱਡੀ ਗੁਰਬਣ ਹੁੰਦਾ ਕੇ ਇੰਨਾ ਘਰ ਚੱਲੀਏ ਤੇ ਗੁਰਨਵਾਜ ਹੁੰਦਾ ਵੀ ਆਪਾਂ ਇੰਨਾ ਘਰ ਚੱਲੀਏ ਗੁਰਬਣ ਕਰਨੇ ਕਹਿੰਦੇ ਪੰਜਾਬੀ ਕੁਰਸੀ ਕਦੀ ਨੀ ਦੇ ਖਰਾਬ ਇਹਨਾਂ ਘਰ ਆਈ ਕਿ ਬਾਹਰ ਪਹਿਨੇ ਜਾ ਕੇ ਅੰਬਾ ਥੱਲੇ ਤੇ ਮੈਂ ਇਕੱਲੀ ਕਰਦੀ ਬਹਿਣ ਲਈ ਤੇ ਉਹ ਹੁਣ ਆਉਂਦੀ ਮੈਂ ਆਪਣੀ ਸਲਵਾਰ ਕੰਪਲੀਟ ਕਰ ਲਾ ਤੇ ਫਿਰ ਜਾ ਕੇ ਬਹਿਨੇ ਬਾਹਰ, ਨਹੀਂ ਆਰਦੀ ਨਾ ਘਰੇ ਬਹਿ ਕੇ ਤੇ ਮੰਮੀ ਨੀ ਕਹਿ ਕੇ ਬਾਹਰ ਬਹਿ ਲਾ ਉਹ ਦੇਖਣੇ ਭਾਈ ਕਿਤੇ ਬੁੱਗਾ ਵੱਜੂਗਾ ਪਰ ਜਾ ਕੀ ਆਖਾਂ ਦੀ ਬਣਾ ਲਈ ਆਹ ਲਾ ਦੀ ਉਹ ਵਾਲੀ ਲਾ ਦੀ ਜਿਹੜੀ ਪੰਜ ਪੰਜ ਮਿੰਟਾਂ ਲੱਗ ਜਾਂਦੀ ਹੁਣ ਇਹ ਮੇਰਾ ਲੜਦੀ ਹੁਣ ਮੈਦੀ ਲੱਗਦੀ ਲੜਾਈ ਚੰਗਾ ਸੋ ਥੋੜੇ ਟਾਈਮ ਦੀ ਸਹੀ ਗੱਲ ਹੈ ਗੁਰਨਵਾਜ ਆ ਸੱਚੀ ਆ ਗਏ ਗੁਰਨਵਾਜ ਓ ਗੁਰਨਵਾਜ ਪੁੱਤ ਬਹਿ ਜਾ ਕਿਠਾਨ ਟੈਕ ਕੇ ਉਹ ਛੋਣੇ ਗੁਰਨਵਾਜ ਕਿੱਥੇ ਪੌੜੀਆਂ ਚੜਿਆ ਹੁਣ ਸਾਲੇ ਉਤਰਨ ਦੀ ਤਿਆਰੀ ਕਰਨ ਦਿਆ ਗੁਰਨਵਾਜ ਦੇ ਕੰਨਾਂ ਚ ਆਵਾਜ਼ ਪੈ ਗਈ ਨਾ ਗਾਣੇ ਦੀ ਵੇਖੀ ਉਸੇ ਵੇਲੇ ਨੇ ਖੁਸ਼ ਹੋਏ ਨਾ ਵੀ ਗਾਣਾ ਲੱਗ ਗਿਆ ਉਸੇ ਵੇਲੇ ਭੰਗੜਾ ਪਾਉਣਾ ਸ਼ੁਰੂ ਕਰ ਦੇਣਾ ਉਹ ਵੇਖਿਆ ਗੁਰਨਵਾਜ ਕੀ ਕਰਦਾ ਹੈ ਬੁੱਗੋ
ਇਹਦਾ ਦਾਦੀ ਨੇ ਕਦੀ ਭੰਗੜਾ ਨੀ ਪਾਇਆ ਗੁਰੂ ਮਹਾਰਾਜ ਨੇ, ਪਰ ਉਹ ਗੁਰੂ ਮਹਾਰਾਜ ਦੇ ਕਰਕੇ ਗੁਰੂ ਮਹਾਰਾਜ ਜੀ ਭੰਗੜਾ ਪਾਉਂਦੇ ਕਹੂਗਾ ਵੀ ਸਾਰੇ ਤੁਸੀਂ ਪਾਓ, ਤੇ ਉਹ ਦਾਦੂ ਭੰਗੜਾ ਪਾਉਣ ਜਾ ਤਪਾਈ ਗੁਰੂ ਮਹਾਰਾਜ ਪਜਾਰੇ ਪਾ ਦੇ ਗੁਰੂ ਮਹਾਰਾਜ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਪੁੱਤ ਕਿੱਥੇ ਜਾਣਾ ਮੇਰੇ ਚੰਦ ਨੇ ਕਿੱਥੇ ਜਾਣਾ ਸੀ ਗੁਰੂ ਮਹਾਰਾਜ ਨੂੰ ਤੇ ਬਸ ਬਾਅਦ ਦਾ ਹੀ ਵਾਸਤਾ ਹੀ ਬਾਅਦ ਦਾ ਹੀ ਨਾ ਪੁੱਤ ਉਹਦੀ ਮਾਂ ਵੀ ਖਾਣ ਡੀ ਕਾਕੀ ਨਹੀਂ ਪੜੀ ਪਈ ਨਾ ਤੈਨੂੰ ਜਠਾਣੀ ਦੀ ਲੋੜ ਦੱਸ ਦੱਸ ਹੁਣ ਕਹਿ ਦੀਦੀ ਚੱਲੀਏ ਫਿਰ ਮੈਂ ਤੈਨੂੰ ਚੱਲ ਜੂ ਨਹੀਂ ਮਾਸੀ ਮੈਨੂੰ ਕਰਾਰ ਕੀਤਾ ਤੈਨੂੰ ਮਹਿੰਦੀ ਲਾ ਕੇ ਚਲਾਇਆ ਫਿਰ ਚੱਲੀਏ ਨਹੀਂ ਬਹੁ ਮੇਰੀ ਮੰਮੀ ਨੇ ਕਹਿਣਾ ਮੇਰੇ ਨਾਲ ਤੁਰੀ ਨੀ ਸੱਸ ਦੇ ਜਿਹੜੀ ਲੋੜ ਆ ਤੇ ਇਹ ਜਠਾਣੀ ਨੂੰ ਤੁਰ ਵੀ ਸਾਡੇ ਗਾਂਹ ਜਾ ਲੈਣ ਮੈਨੂੰ ਮੈਨੂੰ ਕਿਉਂ ਘਰ ਕਢਾਉਣਾ ਹੈ ਕਈ ਹੁੰਦਾ ਨਾ ਵੀ ਗੱਲ ਕੱਖ ਵੀ ਨੀ ਦੀਦੀ ਭਾਰ ਚੱਲ ਜਾਂਦੇ ਸੀ ਤੇ ਮੰਮੀ ਹੁਣ ਕਹਿ ਰਹੇ ਚੱਲੀਏ ਮੈਂ ਕਦਰ ਮੈਂ ਕਿਹਾ ਠੀਕ ਨੀ ਮੇਰੇ ਬਾਬੂ ਸੱਟ ਲੱਗੀ ਮੈਂ ਪੀੜ ਬੜੀ ਹੁੰਦੀ ਹੱਡੀ ਤੇ ਲੱਗੀ ਨਾ ਤੇ ਮੁੜ ਕੇ ਬਾਅਦ ਵਿੱਚ ਮੈਂ ਜਾਣ ਨੀ ਦੀਦੀ ਹੁਣ ਕਹਿਣਾ ਹੁਣ ਚੰਗੀ ਹੁਣ ਮੈਨੂੰ ਆਉਂਦੇ ਹੁੰਦੇ ਨਾ ਕੀ ਕਹਿੰਦੇ ਹੁੰਦੇ ਸ਼ਰੀਕਾ ਰੱਖਣਾ ਪੈਂਦਾ ਮੈਨੂੰ ਉਹ ਰੱਖਣਾ ਪੈਣਾ ਸੀ ਸੋਨੇ ਥੋੜਾ ਗਾੜੀ ਜਾ ਲੈਂਦੇ ਫਿਰ ਜਾਂਦੇ ਆਪਾਂ ਗੁਰਨਵਾਜ ਕੋਈ ਗੱਲ ਸ਼ੁੱਧ ਹੋਏ ਮੇਰਾ ਚਿੱਕੜ ਹੈ ਮੇਰੇ ਕੋਈ ਕਸੂਰ ਨੀ ਹੈਗਾ ਮੈਂ ਚਾਬੀਆਂ ਸਾਂਭਾ ਆਈ ਕੰਮ ਦਰਾਣੀ ਜਠਾਣੀ ਕਿ ਨਹੀਂ ਮੈਂ ਹੋ ਜਾਣੀ ਮੈਂ ਆਉਣਾ ਨਾ ਨਹਾਓ ਧੋ ਬਹੁਤ ਅਸੀਂ ਆ ਗਈ ਆ ਗਈ ਆ ਗਈ ਮੈਂ ਨਹੀਂ ਨਹੀਂ ਮੈਂ ਲੱਗੀ ਰੋਟੀ ਬਣਾਉਣ ਲੱਗੀ ਹੁਣ ਸਾਰੀਆਂ ਪੱਗਾਂ ਸਵਾਰ ਸੁਕ ਰੱਖੀਆਂ ਨਵੀਂ ਪੱਗ ਮਸ਼ੀਨ ਲਾ ਕੇ ਦਿੱਤੀ ਕੱਲ੍ਹ ਤਾਂ ਮੇਰਾ ਸੂਟ ਆ ਆਪਾਂ ਲੱਕੜੀ ਦੇ ਪਾ ਲਈ ਜਾਣਾ ਬੜੀ ਸਫਾਈ ਕੀਤੀ ਘਰ ਦੀ ਸਾਰੀਆਂ ਪੱਗਾਂ ਪੁਗਾਂ ਜਿਵੇਂ ਸੈੱਟ ਕਰਕੇ ਰੱਖੀਆਂ ਧੋਣ ਵਾਲੀਆਂ ਧੋਤੀਆਂ ਸਾਫ਼ ਕੀਤੀਆਂ ਥੋੜੀ ਸਵੇਰ ਦੀ ਲੱਗੀ ਬਾਅਦ ਚ ਕੀਤਾ ਕੰਮ ਕੱਪੜੇ ਗਿੱਲੇ ਕਰ ਲੈ ਵੇਖ ਲਾ ਫਿਰ ਕੱਪੜੇ ਇਹਨਾਂ ਨੇ ਗਿੱਲੇ ਕਰ ਲਏ ਆਪਾਂ ਸੁੱਕੇ ਕਰ ਦਿੰਦੇ ਚੁੱਪੀ ਪਈ ਵਰਤੀ ਕਰਨੇ ਕਰਨੇ ਹਨਾ ਗੁਰਨਵਾਜ ਨੇ ਹੁਣੇ ਗਿੱਲੇ ਕੀਤੇ ਨਹੀਂ ਉਹ ਵੇ ਆਂਦੀ ਕਵਲ ਆਂਦੀ ਨੀ ਪਕਾਨੀ ਖੁਰਲੀ ਪੱਠੇ ਜਾਈ ਲੱਗਦੇ ਤੇ ਉਹ ਵੇ ਉਹਦੇ ਵਿੱਚੋਂ ਪਾਣੀ ਕੱਢ ਕੇ ਕਦੇ ਨਹੀਂ ਪੈਣਾ ਮੈਂ ਤੇ ਕੱਪੜੇ ਆ ਤੇ ਮੈਨੂੰ ਉਹ ਖੁਸ਼ ਕਿ ਨਾ ਹੁੰਦੇ ਮੈਂ ਖੁਸ਼ ਹੁੰਦੇ ਆਲੇ ਇਹ ਇਹਨੂੰ ਪਤਾ ਲੱਗਿਆ ਮੈਂ ਤਾਈ ਲੈ ਗਈ ਫਿਰ ਨਵਾਜ ਦੀ ਮੇਰੀ ਮੰਮਾ ਨਾਲ ਕੱਢਿਆ ਤੇ ਮੇਰੇ ਪਾਪਾ ਤਾਈ ਭੰਗੜਾ ਪਾ ਰਾਜ ਦੀ ਕੰਨ ਮਜ਼ਾ ਉਹ ਮੇਰੇ ਚੱਪਰ ਕੇ ਮਹਿੰਦੀ ਲਾ ਜੀ ਨਹੀਂ ਤੇ ਮੈਂ ਤੇ ਛੱਡਣਾ ਨਹੀਂ ਗਰਮੀ ਗੁਰਮੀ ਨੀ ਮਹਿੰਦੀ ਲਾ ਗਿਆ ਪ੍ਰੋਮਿਸ ਕੀਤਾ ਬਹਿ ਕੇ ਲਾਉਣੀ ਆ
ਆਈ ਚੱਲ ਮੈਂ ਤਾਂ ਤੇਰੇ ਦਿਨ ਕੰਮ ਕੁੰਮ ਕਰ ਲਾ ਇਹਦੇ ਵਿੱਚ ਫਿਰ ਮੈਂ ਕੁਛ ਬਣਾ ਬਣਾ ਕੇ ਵੀ ਰੱਖਿਆ ਨਾ ਫਿਰ ਜਦੋਂ ਮੈਂ ਜਦੋਂ ਭਾਈ ਉਹਨਾਂ ਨੂੰ ਕੁਛ ਖਵਾਈ ਪਿਆਈ ਨਹੀਂ ਚਾਹ ਪਿਆਈ ਸੀ ਸੁੱਕੀ ਸੜੀ ਚਾਹ ਨਹੀਂ ਪੀਣੀ ਮੈਂ ਚਾਹ ਪੀਂਦਾ ਟਾਈਮ ਨਹੀਂ ਨਮਕੀਨ ਖਾ ਲਈ ਨਮਕੀਨ ਪਸੰਦ ਆ ਵਾਲੀ ਪਿੰਦੇ ਦੁਪਹਿਰੇ ਨਹੀਂ ਤੂੰ ਫਿਰ ਅੱਜ ਤੂੰ ਮਹਿੰਦੀ ਲਾਇਆ ਨਾ ਤੇ ਕੱਲ ਦੁਪਹਿਰੇ ਨਮਕੀਨ ਖਾਣਾ ਜੀ ਫਿਰ ਮੈਂ ਕਹੂੰਗੀ ਕੌਣ ਹੱਥ ਮਾਰ ਕੇ ਲਾ ਜਾਣੀ ਗੁੱਸੇ ਜਾ ਕੇ ਗਰਨਾ ਵੇਚ ਦਿੱਤਾ ਕਿੱਦਾਂ ਦੀ ਤੁਹਾਡੇ ਘਰ ਚੱਲੀ ਗਏ ਗੱਲਾਂ ਸੁਣਾ ਮੈਂ ਤੁਹਾਡੇ ਘਰ ਚੱਲੀ ਗੁਰਮਾਨ ਨੂੰ ਮੈਂ ਖਿਡਾਉਣੇ ਤੇ ਕੋਈ ਨਾ ਕੋਈ ਸਭ ਥੱਲੇ ਸੁੱਟ ਤੇ ਗੁਰਮਾਜ ਨੇ ਤੇ ਇਹ ਬਹੁਤ ਘੱਟ ਖੇਡਦਾ ਕਿਤੇ ਮਨ ਚ ਆਵੇ ਤੇ ਫਿਰ ਕਿਤੇ ਖੇਡਦਾ ਗੁਰਮਾਜ ਪਾਪਾ ਏ ਓ ਵੇ ਕੌਣ ਆਇਆ ਪਾਪਾ ਏ ਬਹੁਤ ਢੀਠ ਬੱਚਾ ਓਏ ਗੁਰਨਵਾਜ ਅਨਹਦ ਆ ਜਾ ਉਹਦੇ ਵਿੱਚ ਅਨਹਦ ਆ ਜਾ ਉਹਨੂੰ ਆਉਂਦਾ ਆ ਜਾ ਓ ਪਾਪਾ ਏ ਪਾਪਾ ਏ ਪਾਪਾ ਏ ਪਾਪਾ ਏ ਕੁਛ ਇਹ ਹੁਣ ਮੇਰੇ ਮਹਿੰਦੀ ਲਾਊਗੀ ਤੇ ਕਹਿੰਦੀ ਫੋਨ ਤੋਂ ਰਹਿਣ ਦਿਖਾ ਮੈਂ ਤੈਨੂੰ ਫਿਰ ਵੀ ਲਾ ਕੇ ਦਊਂਗੀ ਤੇਰੀ ਮਹਿੰਦੀ ਲਾਉਣ ਆਈ ਵੈਸੇ ਮਹਿੰਦੀ ਸੋਹਣੀ ਲਾਉਂਦੀ ਵੈਸੇ ਮੈਂ ਤੇ ਐਵੇਂ ਕਿਵੇਂ ਸਮਝੀ ਵੀ ਖਰੇ ਖਰੇ ਐਵੇਂ ਹੀ ਤੇਰੀ ਮੈਂ ਤੇ ਤਰੀਕੇ ਤੇ ਘੂ ਘੋੜੇ ਜਿਹੜਾ ਬਾਈ ਗ੍ਰਹਿਮ ਤੇ ਕਿਉਂ ਆਪਣੀ ਮੰਮਾ ਡਿਸਟਰਬ ਕਰਦਾ ਜਾਣਾ ਫਿਰ ਉੱਥੇ ਬਹਿ ਆਰਾਮ ਦਾ ਇੰਨਾ ਸਾਨੂੰ ਆ ਕੇ ਬੜੇ ਪ੍ਰੋਗਰਾਮ ਨੇ ਸਿਆਲ ਚ ਜਿਹਨਾਂ ਜਿੰਨਾ ਘਰ ਬੇਬੀ ਹੋਏ ਇਹਨਾਂ ਦੇ ਪ੍ਰੋਗਰਾਮ ਆਏ ਨੇ ਤੇ ਜਿਹਨਾਂ ਦੇ ਕਵਲ ਦਾ ਮੁੰਡਾ ਨੇ ਕਵਲ ਬਹੁਤ ਪਰੇਸ਼ਾਨ ਕਰਦਾ ਕਾਸਰ ਗਿਆ ਹੋਏ ਟਾਈਮ ਤੇ ਜਦੋਂ ਪਿਛਲੀ ਵਾਰੀ ਪ੍ਰੀਤ ਦਾ ਵਿਆਹ ਸੀ ਅਸੀਂ ਦਹਾਈ ਮਚਾਈ ਸਹੀ ਗੱਲ ਜੀ ਰੋਜ਼ ਹੀ ਕਮਲ ਨੇ ਜਾਣ ਕੇ ਗੱਲ ਕਰਨਾ ਉਹਨਾਂ ਨੇ ਕੱਪੜੇ ਲੈ ਲਏ ਮੰਮੀ ਆਪਾਂ ਲੈ ਆਈਏ ਮਨਦੀਪ ਦੀਦੀ ਨੇ ਆਹ ਲੈ ਲਿਆ ਮਨਦੀਪ ਦੀਦੀ ਨੇ ਆਹ ਲੈ ਲਿਆ ਏਦਾਂ ਆਪਾਂ ਵਧੀਆ ਦੇ ਕੇ ਕਿੰਨੀਆਂ ਚੀਜ਼ਾਂ ਲੈ ਲਈਆਂ ਨਾ ਹਰ ਕੀ ਨੇ ਕੋਈ ਵੀ ਤੇ ਭੂਆ ਦੇ ਮੁੰਡੇ ਦਾ ਵਿਆਹ ਹੋਣਾ ਜਿੰਨਾ ਦੀ ਭੂਆ ਦੇ ਮੁੰਡੇ ਦਾ ਤੇ ਉਹਦਾ ਜੇ ਆਪਾਂ ਵੇਖਦੇ ਫਿਰਦੇ ਕੁੜੀ ਕੋਈ ਸਾਨੂੰ ਚੰਗੀ ਮਿਲ ਜੇ ਫੇਰ ਨਹੀਂ ਕਰਨਾ ਤੇ ਸੋਹਣੀ ਲਾਈ ਆ ਜੇ ਕਿਹਨੇ ਵਿਆਹਾਂ ਸ਼ਾਦੀਆਂ ਸੀਜ਼ਨ ਆਉਂਦਾ ਜੇ ਕਿਹਨੇ ਬੁੱਕ ਕਰਨਾ ਹੋਵੇ ਤੇ ਕਮਲ ਕੋ ਕਰਾ ਸਕਦੇ ਕਿੰਨੇ ਪੈਸੇ ਆ ਕਮਲ 100 ਰੁਪਇਆ 100 ਕਿ ਤੈਨੂੰ ਕਿਹਨੇ 20 ਰੁਪਏ ਤੂੰ ਇਹ ਕਹਾਣੀ ਮੈਂ ਹੱਥ ਮਾਰ ਰਹਾ ਉੱਤੇ ਇਹ ਕੰਮ ਜੂ ਤੈਨੂੰ ਕਮਲ ਘਾਟਾ ਹੀ ਯਾਰ ਚੱਲ ਵੱਧ ਤੋਂ ਵੱਧ ਜਿੱਦਾਂ ਤੂੰ ਮਹਿੰਦੀ ਲਈ 50 ਰੁਪਏ ਮਿਲਨੇ 50 ਦੇ ਬੜੀ ਵੀ 50 ਬੜੀ ਖੁਸ਼ ਆ ਨਹੀਂ ਨਹੀਂ ਮੈਂ ਫਿਰ ਨਾਮ ਕਿਹਾ ਸੀ ਮਿੰਦੀ ਬਜਾਜ ਸਖਣੀ ਭਰਾ ਮਿੰਦੀ ਨਾਮ ਨਹੀਂ ਵਿਆਹ ਸ਼ਾਦੀਆਂ ਤੇ ਕਿਸੇ ਨੇ ਵੀ ਬੁੱਕ ਕਰਨਾ ਤੇ ਕਰ ਸਕਦੇ ਆ ਆ ਜੇ ਮਹਿੰਦੀਆਂ ਲਾਓ ਤੇਰੇ ਭਰਾਵਾਂ ਦੇ ਵਿਆਹ ਬਹੁਤ ਵਧੀਆ ਹੋਣਗੇ ਜਿਹਨਾਂ ਦੇ ਭਰਾਵਾਂ ਦੇ ਵਿਆਹ ਆਉਂਦੇ ਜਿਹਨਾਂ ਦੇ ਪ੍ਰੋਗਰਾਮ ਆਉਂਦੇ ਕੋਈ ਕਿ ਤੁਹਾਨੂੰ ਵਿਆਹ ਹੈਗੇ ਅੱਜ ਕੋਈ ਵਿਆਹ ਨਹੀਂ ਹੈਗਾ ਯਾਰ ਇਹਨੂੰ ਹੁਣ ਗੁਰਨਵਾਜ ਆਪਣੇ ਦਾਦੂ ਨਾਲ ਖੇਡਣ ਦਿਆ ਗੁਰਨਵਾਜ ਨੇ ਦਾਦੂ ਨੂੰ ਸੱਸੇ ਕੀਤੀ ਅੱਜ ਗੁਰਨਵਾਜ ਸੱਸੇ ਚਲ ਕੱਟ ਜਦੋਂ ਸੋਂਦਾ ਗੁਰਨਵਾਜ ਡੈਡੀ ਆਖਣਗਾ ਜੀ ਲੱਗਾ ਇਸ ਕਰਕੇ ਅਸੀਂ ਸੋਂਦੇ ਨੀ ਹੁਣ ਸਾਡੇ 9 ਵੱਜ ਗਏ ਇਹਦੇ ਨਾਲੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਚ ਵਾਵੇ ਕਰਦੇ ਗੁਰਨਵਾਜ ਸਾਰਿਆਂ ਨੂੰ ਬਾਏ ਬਾਏ ਉਹ ਕਰਤਾ ਜੇ ਬਾਏ